ਇਹ ਹੈ ਵੀ ਪੂਰਾ ਬਾਕੂ ਸ਼ਹਿਰ ਵਿਦਿਨ ਯਾ ਆਈ ਲਾਈਕ ਇਟ ਅ ਲੋਟ। ਇਹ ਦੁਨੀਆ ਦੀ ਵੀ ਸਭ ਤੋਂ ਛੋਟੀ ਕਿਤਾਬ ਹੈ ਮਾਈਕਰਾਂ ਦੀ। ਬਣਤਰ ਦੇਖ ਲਓ ਵੀ ਕਿੰਨੀ ਸੋਹਣੀ ਹੈ। ਦੇਖੋ ਹਜੇ ਤੱਕ ਸਾਂਭ ਕੇ ਰੱਖੀਆਂ ਹੋਈਆਂ ਨੇ ਇਹਨਾਂ ਨੇ। ਉਰੇ ਦੇਖੋ ਸਪੈਸ਼ਲੀ ਸ਼ੂਟ ਕਰ ਰਿਹਾ ਕੁਛ। ਇੱਕ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ। ਤਾਂ ਮੇਰੇ ਨਾਲ ਹੈ ਵਿਦੇਨਾ ਫਰੋਮ ਸਪੇਨ। ਇਹ ਰਹਿੰਦੀ ਇੱਕ ਛੋਟੇ ਜਿਹੇ ਆਈਲੈਂਡ 'ਤੇ। ਵਟ ਇਜ਼ ਦੀ ਨੇਮ ਆਫ ਯੂਅਰ ਆਈਲੈਂਡ? ਰੰਕਨਾਰੀਆ। ਰੰਕਨਾਰੀਆ ਅਤੇ ਮਰੱਕੋ ਸਾਈਡ ਹੈ ਇਹਦਾ ਆਈਲੈਂਡ। ਹੁਣ ਕਾਫੀ ਆਈਲੈਂਡ ਨੇ ਬਈ। ਅਤੇ ਹੁਣ ਅਸੀਂ ਜਾ ਰਹੇ ਹਾਂ ਇੱਥੋਂ ਦੀ ਓਲਡ ਸਿਟੀ ਬਾਕੂ ਐਕਸਪਲੋਰ ਕਰਨ। ਅਤੇ ਉਰੇ ਇੱਕ ਹੋਰ ਵੀ ਮਿਊਜ਼ੀਅਮ ਨੇ ਇੱਕ ਦੋ। ਅੱਜ ਜਿਹੜਾ ਮੌਸਮ ਹੈ ਵਧੀਆ। ਦੁਪਹਿਰ ਦੇ 2 ਵੱਜ ਗਏ। ਅੱਜ ਬੱਦਲ ਵਾਈ ਹੈ। ਕੱਲ੍ਹ ਨੂੰ ਵੀ ਫੋਰਕੈਸਟ ਦਿਖਾ ਰਿਹਾ ਵੀ ਮੀਂਹ ਮੂੰਹ ਆਊਗਾ। ਇੱਧਰ ਉਰੇ KFC ਸਾਹਮਣੇ ਪੀਜ਼ਾ ਹੱਟ ਹੈ। ਅਤੇ ਫਲੋਰ ਦੀਆਂ ਟਾਇਲਸ ਦੇਖੋ ਤੁਸੀਂ ਕਿੰਨੀਆਂ ਘੈਂਟ ਨੇ ਬਈ। ਤਾਂ ਇੱਧਰ ਸਾਹਮਣੇ ਫਿਰ ਬੈਠਣ ਨੂੰ ਸਿਟਿੰਗ ਜਾ ਰਹੀ ਹੈ। ਤਾਂ ਇਹ ਓਲਡ ਬਾਕੂ ਜਿਹੜਾ ਸ਼ਹਿਰ ਸੀ ਉਹਦੀ ਐਂਟਰੈਂਸ ਹੈ। ਤਾਂ ਇਹ ਕਿਲੇ ਵਾਂਗੂ ਦੁਬਾਰਾ ਬਣਾਈਆਂ ਹੋਈਆਂ ਨੇ। ਯੂਰਪ ਦੇ ਹਰ ਸ਼ਹਿਰ 'ਚ ਐਵੇਂ ਤੁਹਾਨੂੰ ਓਲਡ ਇੱਕ ਟਾਊਨ ਮਿਲੂਗੀ, ਕਿਉਂਕਿ ਇਹ ਮਹਾਮਲਾਪੁਰਾਂ ਤੋਂ ਰੱਖਿਆ ਵਾਸਤੇ ਬਣਾਈਆਂ ਗਈਆਂ ਸੀ। ਤਾਂ ਬਈ ਦੇਖੋ ਇਹਦੀਆਂ ਪੁਰਾਣੀਆਂ ਗਲੀਆਂ, ਪੁਰਾਣੇ ਜੇ ਉਰੇ ਐਂਟਾਂ ਲੱਗੀਆਂ ਹੋਈਆਂ ਨੇ। ਬਾਕੀ ਉਰੇ ਕਾਫੀ ਤੁਹਾਨੂੰ ਸਵੇਨੀਅਰਸ ਵਗੈਰਾ ਮਿਲ ਜਾਣਗੇ, ਸਾੜੀਆਂ ਸੂੜੀਆਂ ਜੀਆਂ। ਆਹ ਦੇਖੋ ਕਾਫੀ ਕੁਛ ਹੈ। ਆਹ ਉਰੇ ਸਾਰੇ ਕੁਛ ਸ਼ੋਲ ਸ਼ੂਲ ਪਏ ਨੇ ਇਹਨਾਂ ਦੀ ਕਲਾ ਦੇਖੋ ਵੀ ਸ਼ੋਲਾਂ 'ਤੇ ਕੱਢੇ ਹੋਏ ਡਿਜ਼ਾਇਨ ਸਾਰਾ ਕੁਛ ਹੈ। ਆਹ ਦੇਖੋ ਵੀ ਮਾਤਾ ਕੋਲ ਸ਼ੋਲ ਨੇ ਕਾਫੀ। ਇਹ ਸਾਰਾ ਓਲਡ ਬਾਕੂ ਸ਼ਹਿਰ ਹੈ। ਦੇਖੋ ਇਹ ਸਾਰੀਆਂ ਐਂਟਾਂ ਉਂਟਾਂ ਦੇਖ ਲਓ ਇਹਨਾਂ ਨੇ ਪ੍ਰਜ਼ਰਵ ਕਰਕੇ ਰੱਖੀਆਂ ਹੋਈਆਂ ਨੇ। ਸਾਹਮਣੇ ਵੱਡਾ ਸਾਰਾ ਦਿਖਾਉਂਦੇ ਕੀ ਹੈ ਜੰਤਰ। ਇੱਧਰ ਵੀ ਗੋਰੀਆਂ ਬੈਠੀਆਂ ਨੇ। ਤਾਂ ਇੱਧਰ ਵੀ ਕਾਫੀ, ਆਹ ਦੇਖੋ ਸਾਰਾ ਪੁਰਾਣਾ ਸ਼ਹਿਰ ਹੈ। ਉਹ ਦੇਖੋ ਐਂਟਾਂ ਦੂਰ ਤੱਕ ਹਜੇ ਤੱਕ ਸਾਂਭ ਕੇ ਰੱਖੀਆਂ ਹੋਈਆਂ ਨੇ ਇਹਨਾਂ ਨੇ। ਦੇਖੋ ਬਹੁਤ ਜ਼ਿਆਦਾ ਪੁਰਾਣਾ ਹੈ। ਆਪਣੇ ਤਾਂ ਕਿਲੇ ਕੋਲੇ ਢਾਤੇ ਵੀ ਇਤਿਹਾਸਿਕ ਸਾਰੇ। ਆ ਕਿਲੇ ਦੇ ਅੰਦਰ ਦੇਖਦਾ ਵੀ ਕੀ ਹੈ। ਜਿਹੜਾ ਮੇਰੇ ਪਿੱਛੇ ਟਾਵਰ ਜਾ, ਇਹਦੇ ਵਿੱਚ ਜਾਣ ਦੀ ਟਿਕਟ ਲੱਗਦੀ ਹੈ। ਅੰਦਰ ਹਨੇਰਾ ਬਹੁਤ ਜ਼ਿਆਦਾ, ਬਹੁਤ ਸੋਹਣਾ। ਇੱਥੇ ਖੜ ਕੇ ਤੁਸੀਂ ਫੋਟੋ ਫੋਟੋ ਖਿੱਚ ਸਕਦੇ ਹੋ। ਜਿਹੜੀ ਥਾਂ 'ਤੇ ਕੋਈ ਗਾਣੇ ਗੁਣਿਆਂ ਦੀ ਸ਼ੂਟਿੰਗ ਹੁੰਦੀ ਹੈ ਸਮਝ ਲਓ ਫਿਲਮਾਂ ਦੀ, ਉਹ ਮਸ਼ਹੂਰ ਹੀ ਹੋਊਗੀ। ਉਰੇ ਦੇਖੋ ਸਪੈਸ਼ਲੀ ਸ਼ੂਟ ਕਰ ਰਿਹਾ ਕੁਛ ਘੋੜੀ ਨਾਲ ਦਿਨ 'ਚ ਲੋ। ਹਾਂ ਹਾਂ, ਆਹ ਟੋਪੀਆਂ ਪਈਆਂ ਨੇ ਪੁਰਾਣੀਆਂ ਜੀ। ਦੇਖੋ ਇਹ ਸਾਰੇ ਗੱਦੇ ਗੁੱਦੇ ਕਿਵੇਂ ਰਿਹਾ ਕਰਦੇ ਪਹਿਲਾਂ ਲੋਕ। ਇਹਨਾਂ ਦਾ ਪੂਰਾ ਸੱਭਿਆਚਾਰ ਸੋਹਣਾ ਯਾਰ। ਦੇਖੋ ਇਹ ਬਾਲਕੋਨੀ ਹੈ ਜੀ, ਹੈ ਨਾ, ਪੂਰੀਆਂ ਲੱਕੜ ਦੀਆਂ ਬਣੀਆਂ ਹੋਈਆਂ ਨੇ। ਇਹ ਵੀ ਖੂਬਸੂਰਤ ਨੇ। ਤਾਂ ਮੈਂ ਬੀਦੀ ਉਹਨਾਂ ਨੂੰ ਪੁੱਛਿਆ ਵੀ ਯੂਰਪ 'ਚ ਐਵੇਂ ਦੇ ਹੀ ਹੁੰਦੇ ਆ ਸ਼ਹਿਰ? ਇਹ ਕਹਿੰਦੇ ਨਹੀਂ ਐਵੇਂ, ਮਤਲਬ ਹੁੰਦੇ ਤਾਂ ਐਵੇਂ ਦੀਆਂ ਹੀ ਨੇ, ਬਿਲਡਿੰਗਾਂ ਥੋੜ੍ਹੀਆਂ ਉੱਚੀਆਂ ਹੁੰਦੀਆਂ ਨੇ ਅਤੇ ਰੰਗ ਥੋੜ੍ਹੇ ਜ਼ਿਆਦਾ ਹੁੰਦੇ ਨੇ, ਵੀ ਇਹ 'ਚ ਰੰਗ ਘੱਟ ਨੇ, ਫਿਰ ਥੋੜ੍ਹਾ ਪਰਸ਼ੀਅਨ ਆ ਗਿਆ ਨਾ। ਆਹ ਦੇਖੋ ਵੀ ਟਾਵਰ ਦੇਖੋ, ਹੋਰ ਹੈ ਖੰਭਾ ਜਿਹਾ। ਘਰਾਂ ਦੀ ਬਣਤਰ ਦੇਖ ਲਓ ਵੀ ਕਿੰਨੀ ਸੋਹਣੀ ਹੈ। ਦੇਖੋ ਪੱਥਰ ਜੇ ਦੇ ਬਣਾਏ ਹੋਏ ਨਾ, ਖੁਰੇ ਆ ਜੇ ਵੀ ਥੋੜ੍ਹੇ ਥੋੜ੍ਹੇ। ਉਰੇ ਕੋਈ ਅੰਬੈਸੀ ਅੰਬੂਸੀ ਲੱਗ ਰਹੀ ਹੈ ਕੁਛ। ਕਾਫੀ ਖੂਬਸੂਰਤ ਹੈ ਯਾਰ ਮਾਹੌਲ, ਕਾਫੀ ਸ਼ੋਪਿੰਗ ਕਰ ਸਕਦੇ ਉਰੇ, ਕਾਫੀ ਕੈਫੇਟੇਰੀਆ। ਇਹ ਵੀ ਜਿਹੜਾ ਰੈਸਟੋਰੈਂਟ ਹੈ ਓਲਡ ਹੀ ਹੈ, ਹੁਣੇ ਸਾਨੂੰ ਕਹਿਣਗੇ ਖਾ ਲਓ, ਅਸੀਂ ਨਹੀਂ ਖਾਣਾ ਬਈ। ਆਹ ਪੋਲੈਂਡ ਦੀ ਅੰਬੈਸੀ ਹੈ ਬਈ। ਆਹ ਇਹਦੇ ਅੱਗੇ ਲੈਂਡ ਦੇਖ ਲਓ ਬਈ, ਬੀਜੇ ਵਾਲਾ ਸਾਰੇ ਦੇਸ਼ਾਂ 'ਚ ਹੀ ਰੌਲਾ ਹੈ। ਆਹ ਬਿਲਡਿੰਗ ਦੇਖੋ ਵੀ, ਇਹ ਪੂਰਾ ਪਰਸ਼ੀਅਨ ਆਰਕੀਟੈਕਚਰ ਹੈ। ਰਾਤ ਨੂੰ ਇਹਦਾ ਨਜ਼ਾਰਾ ਹੋਰ ਹੁੰਦਾ, ਦਿਨ 'ਚ ਹੋਰ ਹੁੰਦਾ। ਆਪਣਾ ਖੂਬਸੂਰਤ ਜਿਹਾ ਪਾਰਕ ਹੈ ਕਿਲੇ ਦੇ ਨਾਲ ਨਾਲ ਹੀ ਹੈ। ਉਰੇ ਬਹੁਤ ਜ਼ਿਆਦਾ ਸ਼ਾਂਤੀ ਹੈ ਬਈ। ਆਹ ਬਈ ਬਹੁਤ ਸੋਹਣਾ ਫਾਉਂਟੇਨ ਚੱਲ ਰਿਹਾ, ਇਹਦੀ ਵੀ ਆਕ੍ਰਿਤੀ ਦੇਖ ਲਓ ਕਿੰਨੀ ਸੋਹਣੀ ਬਣਾਈ ਗਈ। ਇਹਦੇ ਵਿੱਚ ਕਾਫੀ ਰੰਗ ਜਿਹੇ ਭਰੇ ਹੋਏ ਨੇ, ਆਲੇ ਦੁਆਲੇ ਬੈਠਣ ਨੂੰ ਏਰੀਆ। ਵਾਓ ਸ਼ਾਂਤ ਹੈ। ਉੱਧਰ ਵੀ ਬਿਲਡਿੰਗ ਹੈ ਇੱਕ। ਇਹ ਏਰੀਏ 'ਚ ਸਾਰੀਆਂ ਹੀ ਅੰਬੈਸੀਆਂ ਨੇ, ਚਾਹੇ ਇਟਲੀ ਦੀ ਹੋਵੇ, ਸਪੇਨ ਦੀ ਹੋਵੇ, ਕਿਉਂਕਿ ਬੜਾ ਪੋਰਚ ਏਰੀਆ ਹੈ। ਤਾਂ ਜੇ ਤੁਸੀਂ ਵੀਜ਼ਾ ਵੂਜ਼ਾ ਅਪਲਾਈ ਕਰਨਾ ਅੱਗੇ ਤਾਂ ਇੱਥੋਂ ਕਰ ਸਕਦੇ ਹੋ ਬਈ। ਇੱਥੇ ਵੀ ਅਨਾਰ ਲੱਗੇ ਹੋਏ ਨੇ ਵੀ, ਅਨਾਰ ਉਰੇ ਬਹੁਤ ਹੁੰਦੇ ਆ। ਮਤਲਬ ਸਾਹਮਣੇ ਮੌਸਕ ਹੈ ਵੀ। ਤਾਂ ਅਸੀਂ ਜਾ ਰਹੇ ਮਿਨੀਚੌਰ ਬੁੱਕ ਮਿਊਜ਼ੀਅਮ, ਕਿਤਾਬਾਂ ਦਾ ਮਿਊਜ਼ੀਅਮ ਹੈ। ਤਾਂ ਮੌਸਕ ਵੀ ਕਾਫੀ ਪੁਰਾਣੀ ਹੈ। ਬਿਦਾਨਾ ਬਈ ਮੇਰੇ ਤੋਂ ਵੱਡੀ ਹੈ, 1.5 ਸਾਲ ਮੈਂ ਤੋਂ ਪੁੱਛਿਆ। ਤਾਂ ਸਪੇਨ ਦੇ ਕਲਚਰ ਬਾਰੇ ਮੈਂ ਸਿੱਖ ਰਿਹਾ, ਇਹਨਾਂ ਦੀ ਇੱਕ ਖਾਣ ਵਾਲੀ ਚੀਜ਼ ਮੈਂ ਕਿਹੜੀ ਫੇਮਸ ਹੈ ਤੁਹਾਡੇ। ਇਹਨੇ ਦੱਸਿਆ ਵੀ ਆਲੂ ਗੰਢੇ ਗੁੰਢੇ ਅਤੇ ਆਂਡੇ ਮਿਕਸ ਕਰਕੇ ਉਹਨੂੰ ਫਰਾਈ ਕਰਕੇ ਅਸੀਂ ਖਾਂਦੇ। ਤਾਂ ਇਹ ਵੀ ਕਿਤਾਬ ਹੀ ਕਹਿੰਦੇ ਆ ਵੀ ਬੁੱਕ ਨੂੰ। ਦੇਖੋ
ਇਹ ਮਿਊਜ਼ੀਅਮ ਬੜਾ ਮਹਾਨ ਹੈ ਕਿਉਂਕਿ ਦੁਨੀਆ ਦੀਆਂ ਸਭ ਤੋਂ ਛੋਟੀਆਂ ਕਿਤਾਬਾਂ ਦੀ ਸਭ ਤੋਂ ਵੱਡੀ ਕਲੈਕਸ਼ਨ ਹੈ ਇੱਥੇ ਹੈ, ਤਾਂ ਹੀ ਇਹਦਾ ਨਾਮ ਮਿਨੀਚੋਰ ਬੁੱਕ ਮਿਊਜ਼ੀਅਮ ਹੈ। ਦੇਖੋ ਛੋਟੀਆਂ ਛੋਟੀਆਂ ਕਿਤਾਬਾਂ ਨੇ ਸਾਰੀਆਂ, ਦੇਖੋ ਜਮ੍ਹਾਂ ਛੋਟੀਆਂ ਛੋਟੀਆਂ ਕਿਤਾਬਾਂ, ਉੱਪਰ ਦੇਸ਼ਾਂ ਦੇ ਝੰਡੇ ਵੀ ਲੱਗੇ ਹੋਏ ਆ। ਕੈਨ ਯੂ ਸੇ ਅਗੇਨ ਨਮਸਤੇ? ਗਿਨੀਜ਼ ਵਰਲਡ ਰਿਕਾਰਡ ਨਾਮ ਨੇ ਵੀ ਇਹ ਮਿਊਜ਼ੀਅਮ ਦੇ, ਦੁਨੀਆ ਦੇ ਸਭ ਤੋਂ ਵੱਡਾ ਮਿਊਜ਼ੀਅਮ ਹੈ ਸਭ ਤੋਂ ਛੋਟੀਆਂ ਕਿਤਾਬਾਂ ਵਾਲਾ। ਤਾਂ 2913 ਕਿਤਾਬਾਂ ਨੇ ਇਹਦੇ ਵਿੱਚ ਆਲ ਅਰਾਊਂਡ ਦੀ ਵਰਲਡ। ਅਤੇ ਆ ਮਾਤਾ ਵੀ ਜਿਹੜੀ 96 ਦੇਸ਼ ਘੁੰਮੀ ਅਤੇ ਉਹਨੇ ਸਾਰੇ ਦੇਸ਼ਾਂ 'ਚ ਛੋਟੀਆਂ ਕਿਤਾਬਾਂ ਕਲੈਕਟ ਕੀਤੀਆਂ। ਅਤੇ ਪਹਿਲਾਂ ਇਹ ਮਿਊਜ਼ੀਅਮ ਪ੍ਰਾਈਵੇਟ ਸੀ ਅਤੇ ਇਹ ਸਾਰੀ ਕਲੈਕਸ਼ਨ ਹੈ। ਤਾਂ ਇਹਦੇ ਉੱਪਰ ਲਿਖਿਆ ਹੋਇਆ ਵੀ ਕਿਹੜੇ ਕਿਹੜੇ ਦੇਸ਼ਾਂ ਦੀਆਂ ਕਿਤਾਬਾਂ ਨੇ ਇਹਦੇ ਵਿੱਚ, ਸਾਰਿਆਂ ਦੇ ਉੱਪਰ ਹੈ ਨਾ। ਇਹਦੇ ਵਿੱਚ ਸਾਰੇ ਧਰਮਾਂ ਦੀਆਂ ਵੀ ਪਵਿੱਤਰ ਕਿਤਾਬਾਂ ਨੇ, ਪਰ ਸਿੱਖ ਧਰਮ ਦੀ ਕੋਈ ਨਹੀਂ। ਵੀ ਇੰਡੀਆ ਤੋਂ ਵੀ ਹਿੰਦੂ ਧਰਮ ਦਾ ਹਨੂਮਾਨ ਚਾਲੀਸਾ ਹੈ ਅਤੇ ਗੀਤਾ ਹੈ ਹਨਾ। ਅਤੇ ਬਾਕੀ ਇਹਦੇ ਵਿੱਚ ਸਭ ਤੋਂ ਪੁਰਾਣੀ ਕੁਰਾਨ ਹੈ 17ਵੀਂ ਸਦੀ ਦੀ, ਜਿਹੜੀ ਕਿ ਇਹਨਾਂ ਨੇ ਸਾਊਦੀ ਅਰੇਬੀਆ ਤੋਂ ਬੀਬੀ ਨੇ ਕਲੈਕਟ ਕੀਤੀ ਸੀ। ਇਹ ਦੁਨੀਆ ਦੀ ਵੀ ਸਭ ਤੋਂ ਛੋਟੀ ਕਿਤਾਬ ਹੈ ਮਾਈਕਰੋ ਬੁੱਕ, ਜਿਹੜੀ ਕਿ ਜਪਾਨ ਤੋਂ ਹੈ। ਤਾਂ ਇਹਨੂੰ ਐਂ ਨਹੀਂ ਪੜ੍ਹ ਸਕਦੇ ਆਪਾਂ, ਉਹ ਜਮ੍ਹਾਂ ਜਿਹੜਾ ਦਾਣਾ ਜਿਹਾ ਦਿਖ ਰਿਹਾ ਨਾ ਤੁਹਾਨੂੰ, ਕਾਲਾ ਕਾਲਾ ਜਿਹਾ, ਉਹ ਚਿੱਟੇ ਦੇ ਵਿੱਚ ਜਮ੍ਹਾਂ ਛੋਟਾ ਜਿਹਾ ਉਹ ਕਿਤਾਬ ਹੈ ਬਾਈ। ਇਹ ਸਾਰੀ ਸ਼ੇਕਸਪੀਅਰ ਦੀ ਕਲੈਕਸ਼ਨ ਹੈ ਵੀ, 36 ਕਿਤਾਬਾਂ ਨੇ ਪੁਰਾਣੀਆਂ ਬਈ, ਬਹੁਤ ਜ਼ਿਆਦਾ। 1835 ਦੀ ਸਭ ਤੋਂ ਪੁਰਾਣੀ ਕਿਤਾਬ ਹੈ ਇਹਨਾਂ ਕੋਲ। ਐਵੇਂ ਚਾਈਨਾ, ਸਪੇਨ, ਸਾਰੇ ਦੇਸ਼ਾਂ ਦੀਆਂ ਅਲੱਗ ਅਲੱਗ ਕਿਤਾਬਾਂ ਬਈ। ਮਿਊਜ਼ੀਅਮ ਦੇ ਵਿੱਚ ਜ਼ਿਆਦਾਤਰ ਧਾਰਮਿਕ ਕਿਤਾਬਾਂ ਸੀ ਬਈ, ਇਹਨੂੰ ਵਿਦਵਾਨਾਂ ਨੂੰ ਵੀ ਪੁੱਛਿਆ ਮੈਂ ਵੀ। ਬਾਕੀ ਜਿਹੜੀ ਗਾਈਡ ਸੀ ਵੀ, ਉਹਨੇ ਸਾਨੂੰ ਪਹਿਲਾਂ ਦੱਸਿਆ ਵੀ ਫਰੀ 'ਚ ਸਾਰੀ ਇਨਫੋਰਮੇਸ਼ਨ ਦਊਂਗੀ ਮਿਊਜ਼ੀਅਮ ਦੀ। ਉਹ ਤੋਂ ਬਾਅਦ ਉਹਨੇ ਸਾਨੂੰ ਇੱਕ ਹੋਰ ਮਿਊਜ਼ੀਅਮ ਔਫਰ ਕੀਤਾ, ਉੱਥੇ ਕਹਿੰਦੀ ਪੈਸੇ ਲੱਗਣਗੇ ਜੇ ਤੁਸੀਂ ਮੈਨੂੰ ਲੈ ਕੇ ਜਾਓਗੇ। ਉਹ ਖੜੀ ਹੈ ਵੀ ਤੋਪ ਪੁਰਾਣੀ ਲੱਕੜਾਂ ਦੀ ਬਣਾਈ ਹੋਈ, ਅਜ਼ਰਬਾਈਜ਼ਾਨ ਦਾ ਮਤਲਬ ਹੈ ਵੀ ਅੱਗਾਂ ਦੀ ਧਰਤੀ। ਔਰ ਇਹ ਵੀ ਇੱਕ ਕੈਫੇ ਆ, ਬੜਾ ਘੈਂਟ ਹੈ। ਇਟਸ ਰੈਸਟੋਰੈਂਟ ਨੋਟ ਕੈਫੇ, ਆਪਾਂ ਨੇ ਪੀਣੀ ਹੈ ਕੌਫੀ, ਇਹ ਰੈਸਟੋਰੈਂਟ ਹੈ, ਕੈਫੇ ਨਹੀਂ ਹੈਗਾ। ਤਾਂ ਇਹ ਦੇਖੋ ਵੀ ਦਰਖਤ ਦੇ ਉੱਪਰ ਕਿੰਨੀ ਖੂਬਸੂਰਤ ਕਿਰਤੀ ਬਣਾਈ ਹੋਈ ਇਹਨਾਂ ਨੇ। ਰੈਸਟੋਰੈਂਟ ਕਾਫੀ ਨੇ ਬਈ, ਦੇਖੋ ਬਾਹਲਾ ਖਾਂਦੇ ਆ ਲੋਕ ਬਾਹਰ ਬਹਿ ਕੇ। ਅਤੇ ਵਿਦਵਾਨਾਂ ਨਾਲ ਵੀ ਕਾਫੀ ਸਕੈਮ ਹੋ ਗਏ, ਇੱਕ ਤਾਂ ਇਹਦੇ ਨਾਲ ਹੋਇਆ ਵੀ ਸਿੰਮ ਵਾਲਾ $30 ਦੀ ਇਹਨੂੰ ਸਿੰਮ ਮਿਲੀ ਹੈ, ਏਅਰਪੋਰਟ ਤੋਂ ਟੈਕਸੀ ਕਰਕੇ ਆਈ ਹੈ $20 ਦੀ, ਇਹਨੂੰ ਦੱਸਿਆ ਵੀ ਤੂੰ ਸਸਤੇ ਜਾ ਸਕਦੀ। ਆਹ ਵੀ ਕੈਫੇ ਹੈ ਫਰੈਂਡਸ, ਮਸ਼ਹੂਰ ਬੈਂਡ ਹੈ। ਤਾਂ ਆਹ ਕੈਫੇ ਵੀ, ਅੰਦਰ ਫੋਟੋਆਂ ਲੱਗੀਆਂ ਹੋਈਆਂ ਨੇ, ਕਾਫੀ ਸੋਹਣਾ ਹੈ। ਇੱਧਰ ਵੀ ਪੂਰੇ ਬੈਂਡ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ। ਦੇਖੋ ਮੈਂ ਮੰਗਵਾਈ ਹੈ ਵੀ ਐਸਪ੍ਰੈਸੋ, ਇਹਨੇ ਮੰਗਵਾਈ ਹੈ ਵੀ ਆਪਣੀ ਕੈਪੀਚੀਨੋ ਦੁੱਧ ਵਾਲੀ, ਤਾਂ ਮੈਂ ਦੁੱਧ ਪੀ ਕੇ ਬੋਰ ਹੋ ਗਿਆ, ਮੈਨੂੰ ਕੌਫੀ ਚਾਹੀਦੀ ਹੈ। ਇਹ ਬਈ ਇੱਕ ਟੀਵੀ ਸ਼ੋਅ ਹੈ ਫੇਮਸ ਅਮੈਰੀਕਾ ਦਾ, ਫਰੈਂਡਸ, ਤਾਂ ਪਿਛਲੀ ਸਦੀ ਤੋਂ ਚੱਲਦਾ ਰਿਹਾ, ਉਹਦੇ ਨਾਮ 'ਤੇ ਇਹ ਕੈਫੇ। ਤਾਂ ਇਹ ਮੈਨੂੰ ਇਹਦਾ ਨਾਮ ਹੀ ਬਾਹਲਾ ਪੁੱਠਾ ਜਿਹਾ ਹੈ। ਆਹ ਵੀ ਛੋਟਾ ਬੈਨਿਸ ਬਣਾਇਆ ਇਹਨਾਂ ਨੇ, ਦੇਖੋ ਆਹ ਨਦੀ ਜੀ ਗੱਡੀ ਹੋਈ, ਇਹਦਾ ਪਾਣੀ ਨੀਲਾ ਨੀਲਾ, ਰਾਤ ਨੂੰ ਸੋਹਣਾ ਲੱਗਦਾ। ਔਰ ਇਹ ਕਿਸ਼ਤੀਆਂ ਕੁਸ਼ਤੀਆਂ ਚੱਲਦੀਆਂ ਨੇ, ਰੈਸਟੋਰੈਂਟ ਵੀ ਹੈ, ਕੈਫੇ ਵੀ ਹੈ, ਖਾਣ ਪੀਣ ਨੂੰ ਵਧੀਆ। ਤਾਂ ਉੱਪਰ ਹੈ ਵੀ ਹਾਈਲੈਂਡ ਪਾਰਕ, ਉੱਥੋਂ ਉਹ ਜਾਂਦੀ ਹੈ ਇੱਕ ਟ੍ਰੈਮ ਜਿਹਾ ਟਾਈਪ ਜਾਂਦਾ, ਤਾਂ ਪਿੱਛੇ ਉਹ ਵੀ ਫਲੇਮ ਟਾਵਰ ਨੇ, ਉੱਧਰ ਚੱਲਦੇ ਹਾਂ ਆਪਾਂ। ਦੇਖੋ ਬਈ ਲੱਗ ਗਏ ਸਵੇਰੇ ਸਵੇਰੇ, ਆਹ ਲਾਈਨ ਲੱਗੀ ਹੋਈ ਹੈ ਵੀ, ਜਦੋਂ ਕਾਰ ਜੀ ਆ ਜਾਂਦੀ ਹੈ ਫਿਰ ਹੀ ਟਿਕਟ ਮਿਲਦੀ ਹੈ। ਆਹ ਕਾਰਡ ਜਿਹਾ ਦਿੱਤਾ ਵੀ ਇੱਕ ਮੰਨਤ ਦਾ, ਦੋ ਕਾਰਡ ਦੋ ਮੰਨਤ ਦੇ। ਆਹ ਬੱਸ ਜੀ ਹੈ, ਜੇ ਸਾਨੂੰ ਖੜ੍ਹਨਾ ਪੈਂਦਾ ਮਹਾਂ ਅਸੀਂ ਖੜ੍ਹ ਕੇ ਵੱਗ ਜਾਂਗੇ ਯਾਰ। ਬਹੁਤ ਸਾਰੇ ਲੋਕ ਬੈਠੇ ਨੇ ਇਹਦੇ ਅੰਦਰ, ਦੇਖੋ ਅਸੀਂ ਖੜ੍ਹੇ ਹਾਂ ਬਈ। ਬਹੁਤ ਵਧੀਆ ਵਿਊ ਆਉਂਦਾ ਵੀ ਉੱਪਰ ਜਾ ਕੇ, ਹੋਰ ਵੀ ਸਿਰ ਆਓ। ਉੱਪਰ ਆ ਗਏ ਵੀ, ਔਰ ਇੱਧਰ ਮੌਸਕ ਹੈ, ਆਹ ਫਲੇਮਿੰਗ ਟਾਵਰ ਨੇ ਵੀ ਜਮਾਂ, ਦੇਖੋ ਜਮਾਂ ਨੇੜੇ ਤੋਂ ਉੱਪਰ ਤੱਕ ਵੀ ਰੋਡ ਆਉਂਦਾ, ਪਰ ਤੁਹਾਨੂੰ ਟੈਕਸੀ ਲੈ ਕੇ ਆਉਣਾ ਪਊਗਾ। ਤਾਂ ਜੇ ਤੁਸੀਂ ਬਾਏ ਬਹੁ ਕੇ ਸਾਰਾ ਏਰੀਆ ਐਕਸਪਲੋਰ ਕਰਨ ਜਾਂਦੇ ਹੋ, ਤਾਂ ਇਹ ਗੱਡੀ ਜੀ ਲੈ ਕੇ ਆ ਜਿਓ। ਇੱਧਰ ਦੇਖੋ ਵੀ ਕਾਫੀ ਪਾਰਕ ਹੈ, ਕਾਫੀ ਵੱਡਾ ਸਾਰਾ। ਇੱਥੋਂ ਬਹੁਤ ਸੋਹਣਾ ਵਿਊ ਹੈ ਮੌਸਕ ਦਾ ਵੀ, ਫਲੇਮਿੰਗ ਟਾਵਰ ਲੱਗਦਾ ਜਮਾਂ ਅਸੀਂ ਹੇਠਾਂ ਖੜ੍ਹੇ ਹਾਂ।
ਬਹੁਤ ਸੋਹਣਾ ਪਾਰਕ ਬਣਿਆ ਵੀ, ਬਹੁਤ ਜ਼ਿਆਦਾ ਹਾਈਟ 'ਤੇ ਆ। ਵਾਹ, ਬਾਲੇ ਘੈਂਟ ਦਰਖਤ ਲੱਗੇ ਹੋਏ ਨੇ ਯਾਰ, ਇਹ ਦੇਖੋ ਕਿੰਨਾ ਵੱਡਾ, ਕਿੰਨਾ ਸੋਹਣਾ, ਕਾਫੀ ਮੇਨਟੇਨ ਕੀਤਾ ਹੈ ਪਾਰਕ। ਫਰਸ਼ 'ਤੇ ਇੰਨਾ ਇੰਨਾ ਪਾਣੀ ਛਿੜਕੀ ਜਾਂਦੇ ਆ, ਪਤਾ ਨਹੀਂ ਪੌਦਿਆਂ 'ਚ ਹੀ ਪਾ ਦਿਉ, ਫਰਸ਼ 'ਤੇ ਮਿੱਟੀ ਵੀ ਨਹੀਂ ਪੈਣ ਦਿੰਦੇ। ਬਈ ਕਿਆ ਸ਼ਾਨਦਾਰ ਯਾਰ ਬਣਾਇਆ ਹੈ ਨਾ, ਮਕਬਰਾ ਜਿਹਾ ਟਾਈਪ ਹੀ ਹੈ। ਮੈਂ ਚੜ੍ਹਨ ਨੂੰ ਆਉਂਦਾ, ਜਿਵੇਂ ਉੱਥੇ ਸ਼ਿਲੌਂਗ ਸੀ ਹੈ ਨਾ, ਜਿਹੜੇ ਉਹ ਚਰਚ ਦੇ ਆਲੇ ਦੁਆਲੇ ਦੋ ਪੌੜੀਆਂ ਉਵੇਂ ਦਾ ਆ ਗਿਆ। ਮੇਰੇ ਪਿੱਛੇ ਫਲੇਮ ਟਾਵਰ ਨੇ, ਅਤੇ ਪੂਰਾ ਤੁਰ ਕੇ ਪਾਰਕ ਵਿੱਚ ਦੀ ਆਉਂਦੇ ਹੋਏ ਆਹ ਸਪੋਟ 'ਤੇ ਆ ਗਏ। ਇਹ ਸਪੋਟ ਮੇਨ ਹੈ ਬਈ, ਇਹ ਨਾ ਮਿਸ ਕਰਦੀ ਹਾਂ, ਕਿਉਂਕਿ ਇੱਥੋਂ ਪੂਰੇ ਬਾਕੂ ਦਾ ਵਿਊ ਦਿਖੂਗਾ। ਇੱਧਰ ਰੈਸਟੋਰੈਂਟ ਨੇ, ਕੈਫੇਟੇਰੀਆ, ਇਹ ਹੈ ਵੀ ਪੂਰਾ ਬਾਕੂ ਸ਼ਹਿਰ ਦਿਨ ਦਾ ਵਿਊ ਇੱਥੋਂ ਦਾ ਯਾਰ। ਜਮ੍ਹਾਂ ਬਿਲਡਿੰਗਾਂ ਬਿਲਡਿੰਗਾਂ ਹੀ ਦਿੱਤੀਆਂ, ਪੂਰਾ ਪਿੰਡ ਜਿਹਾ ਹੀ ਲੱਗਦਾ ਪੁਰਾਣੇ ਜ਼ਮਾਨੇ ਦਾ। ਇਹ ਪੁਆਇੰਟ ਆਫ ਵਿਊ ਤੋਂ ਤੁਹਾਨੂੰ ਇਹ ਜਿਹੜੇ ਫਲੇਮਿੰਗ ਟਾਵਰ ਨੇ ਇਹ ਐਂ ਲੱਗਣਗੇ ਸਾਡੇ ਜਮ੍ਹਾਂ ਨੇੜੇ ਨੇ। ਤਾਂ ਬਹੁਤ ਮਿਹਨਤ ਕਰਕੇ ਉਹਦੇ ਚੜ੍ਹ ਕੇ ਆਏ ਹਾਂ। ਵਿਦਾਨਾ, ਡੂ ਯੂ ਲਾਈਕ ਦਿਸ ਪਲੇਸ? ਵਿਦਾਨਾ, ਸੋ ਇਟਸ ਵਰਥ ਇਟ? ਤਾਂ ਵਰਥ ਇਟ ਹੈ। ਹਾਂ, ਰੋਡ ਦੇਖੋ ਕਿੰਨੇ ਘੈਂਟ ਨੇ, ਲੱਗ ਰਿਹਾ ਜਿਵੇਂ ਕੁਦਰਤ ਦੀ ਬੁੱਕਲ ਚੱਲੋ ਗਏ ਹੁਣ, ਜਿਵੇਂ ਮਨਾਲੀ ਸਾਈਡ ਹੁੰਦੇ ਆ ਨਾ, ਪਰ ਇੰਨੇ ਸਾਫ਼ ਨਹੀਂ ਹੁੰਦੇ। ਆਇਆ ਵੀ ਯੂਨਾਈਟਡ ਨੇਸ਼ਨ ਦਾ ਆਫਿਸ, ਮੈਂ ਪਹਿਲੀ ਵਾਰ ਦੇਖ ਰਿਹਾ ਹਾਂ। ਉੱਥੇ ਫੋਟੋ ਖਿੱਚੀ ਸੀ, ਵੀਡੀਓ ਬਣਾਈ ਸੀ, ਉਹ ਉਹਦੀ ਪੁਲਿਸ ਵਾਲਾ ਗਿਆ ਵੀ ਇਹ ਬਿਲਡਿੰਗ ਦੀ ਫੋਟੋ ਨਹੀਂ ਖਿੱਚਣੀ, ਔਰ ਇਹ ਬੜੀ ਪ੍ਰੋਬਲਮ ਹੈ ਯਾਰ। ਹੇਠਾਂ ਨੂੰ ਜਾ ਰਹੇ ਹਾਂ ਬਈ, ਪਿਆਰ ਮੁਹੱਬਤ ਵਾਲੇ ਵੀ ਸਾਰੇ ਪਾਸੇ ਹੀ ਹੁੰਦੇ ਆ। ਉਰੇ ਵੀ ਦੇਖੋ ਨਾਮ ਲਿਖੇ ਪਏ ਆ ਕੰਧਾਂ ਦੇ। ਆਹ ਇਮਾਰਤ ਵੀ ਬਹੁਤ ਸੋਹਣੀ, ਅੱਜ ਧੁੱਪ ਨਹੀਂ, ਜਦੋਂ ਧੁੱਪ ਪੈਂਦੀ ਹੈ ਨਾ ਇਹ, ਤਾਂ ਸ਼ਾਮ ਨੂੰ ਮਤਲਬ ਸੂਰਜ ਛਿਪਦਾ ਤਾਂ ਬਹੁਤ ਸੋਹਣਾ ਲੱਗਦੀਆਂ ਨੇ, ਇਹਨਾਂ ਦਾ ਮਤਲਬ ਜੋ ਰੰਗ ਹੈ ਖਿੜ ਜਾਂਦਾ। ਸਾਹਮਣੇ ਹਿਲਟਨ ਹੋਟਲ ਹੈ, ਉੱਧਰ ਨੂੰ ਜਾ ਰਹੇ ਹਾਂ ਅਸੀਂ ਤੁਰਦੇ ਹੋਏ। ਆਹ ਰੇਡੀਸਨ ਹੋਟਲ ਹੈ ਬਈ, ਆਹ ਹਿਲਟਨ ਹੋਟਲ ਹੈ, ਬਹੁਤ ਸੋਹਣਾ ਹੈ, ਕਿੰਨਾ ਸੋਹਣਾ ਹੈ। ਅਤੇ ਇੱਧਰ ਵੀ ਪੂਰਾ ਇਹ ਅਲੀਟ ਏਰੀਆ ਹੈ। ਹਿਲਟਨ ਹੋਟਲ ਦਾ ਫਰੰਟ ਦੇਖੋ ਕਿੰਨਾ ਵੱਡਾ, ਕਿੰਨਾ ਚੌੜਾ, ਅਤੇ ਕਿੰਨਾ ਸੋਹਣਾ, ਪੂਰੇ ਸ਼ੀਸ਼ੇ ਦੇ ਗਲਾਸ। ਆਹ ਸਾਹਮਣੇ ਪਾਰਕ ਵੀ ਬੜਾ ਖੂਬਸੂਰਤ ਹੈ, ਦਰਖਤ ਦੇਖੋ ਵੀ ਕਿੰਨੇ ਪੁਰਾਣੇ ਲੱਗੇ ਹੋਏ ਆ। ਹਿਲਟਨ ਹੋਟਲ ਦੇ ਸਾਹਮਣੇ ਆ ਗਿਆ, ਅਤੇ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੁਹਾਲੀ ਵਾਂਗੂ ਹੀ ਲੱਗ ਰਿਹਾ, ਪਰ ਇਹ ਸੋਹਣਾ ਜ਼ਿਆਦਾ, ਇੰਨਾ ਸੋਹਣੀ ਨਹੀਂ ਉਹਦੀ ਬਿਲਡਿੰਗ। ਵਾਓ ਯਾਰ, ਬਹੁਤ ਘੈਂਟ ਏਰੀਆ ਇਹ, ਤਾਂ ਇੱਥੇ ਤੁਸੀਂ ਜ਼ਰੂਰ ਆਉਣਾ। ਦੇਖੋ ਕਿੰਨੀ ਖੂਬਸੂਰਤ ਪਿਆਰੀ ਬਿਲਡਿੰਗ ਹੈ, ਜਦੋਂ ਇੱਥੇ ਧੁੱਪ ਪੈਂਦੀ ਹੈ ਨਾ, ਜਿਵੇਂ ਬੰਦਾ ਜਵਾਨ ਸਰੀਰ 'ਤੇ ਤੇਲ ਲਾਉਂਦਾ ਨਾ, ਆ ਨਾ ਲਿਸ਼ਕਦਾ, ਉਹ ਬਸ ਉਹੀ ਉਵੇਂ ਲਿਸ਼ਕਦੀ ਹੈ। ਬਾਕੂ 'ਚ ਯਾਰ ਸਵੇਰੇ ਹੋਵੇ, ਦੁਪਹਿਰੇ ਹੋਵੇ, ਸ਼ਾਮ ਹੋਵੇ, ਟ੍ਰੈਫਿਕ ਵਾਲਾ ਉਰੇ ਮਾੜਾ ਹੀ ਹਾਲ ਹੈ, ਗੱਡੀ 'ਤੇ ਗੱਡੀ ਚੜ੍ਹੀਏ ਪਈ ਹੈ। ਰੋਡ ਵੀ ਬਹੁਤ ਚੌੜੇ ਨੇ ਇਹਨਾਂ ਦੇ ਬਣਾਏ ਹੋਏ ਨੇ, ਪਰ ਉਰੇ ਆਬਾਦੀ ਵੱਧ ਗਈ ਵੀ ਇਹਨਾਂ ਦੇ ਦੇਸ਼ ਦੀ। ਦੇਖੋ ਤੁਰਨ ਵਾਲੀ ਬੱਤੀ ਹੋ ਗਈ, ਇਹ ਗੱਡੀਆਂ ਖੜ ਗਈਆਂ ਸਾਹਮਣੇ ਤੋਂ, ਟ੍ਰੈਫਿਕ ਚੱਲ ਪਈ, ਇੱਧਰਲੀਆਂ ਵਿੱਚ ਚੜੀਆਂ ਖੜੀਆਂ ਨੇ ਗੱਡੀਆਂ, ਤਾਂ ਟ੍ਰੈਫਿਕ ਦਾ ਸਭ ਇੱਥੋਂ ਹੀ ਲਾ ਲਓ। ਹਿਲਟਨ ਹੋਟਲ ਦੇ ਨਾਲ ਹੀ ਵੀ ਖਾਣ ਵਾਲਾ ਪ੍ਰੋਗਰਾਮ ਹੈ, ਆਹ ਲਾਜ਼ੀਜ਼, ਉਰੇ ਬਫੇ ਵਾਂਗੂ ਸਿਸਟਮ ਹੈ, ਉਰੇ ਤੁਹਾਨੂੰ ਵਧੀਆ ਖਾਣਾ ਮਿਲ ਜੂਗਾ, ਸਸਤਾ, ਪਰ 150-200 'ਚ ਵਧੀਆ ਚੌਲ ਮਿਲ ਜਾਣਗੇ ਖਾਣ ਨੂੰ। ਆਹ ਦੇਖੋ, ਆਹ ਇੱਥੇ ਕਾਫੀ ਬ੍ਰੈਡ ਬਰੁੱਡ ਮਿਲ ਜਾਣਗੇ ਤੁਹਾਨੂੰ, ਕਾਫੀ ਚੌਲ ਚੂਲ ਜੇ, ਕਾਫੀ ਵਰਾਇਟੀ ਹੈ। ਆਹ ਚੌਲ ਨੇ ਬਈ, ਲੈਂਪ ਆ ਜਾਂਦਾ ਇਹਨਾਂ ਦੇ ਵਿੱਚ, ਇਹ 100 ਗ੍ਰਾਮ ਨੇ ਵੀ, 2-3 ਮੰਨਦੇ ਆ, ਦੇਖੋ ਵਧੀਆ ਨੇ, ਇਹ ਪਲਾਓ ਵਰਗੀ ਨੇ। ਸਾਢੇ 4 ਮੰਨਤ ਦੇਣੇ ਵੀ, ਮਤਲਬ 250 ਦੇ, ਇੱਥੇ ਪੇ ਕਰਨਾ ਪੈਂਦਾ, ਤਾਂ ਇਹ ਵਧੀਆ ਵੀ, ਕੁਆਂਟਿਟੀ ਕਾਫੀ ਵਧੀਆ। ਇਹ ਰੋਟੀ ਜੀ ਹੈ ਬਈ, ਵਿਦੀਨਾ ਨੇ ਲਈ ਹੈ, ਤਾਂ ਨਾਲ ਇਹਨੇ ਹੋਰ ਕੁਛ, ਬੜੀ ਦੀ ਨੇਮ ਉਹਦੇ ਡਿਸ਼, ਇਟਸ ਸਪੈਨਿਸ਼ ਔਰ, ਹਾਂ ਓਕੇ 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 ਓਕੇ। ਤਾਂ ਖਾ ਪੀ ਲਿਆ ਯਾਰ, ਵਿਦੀਨਾ ਨਾਲ ਕਾਫੀ ਡੰਗਾਈ 'ਚ ਗੱਲਾਂ ਹੋ ਰਹੀਆਂ ਸੀ ਵਿਆਹ ਦੇ ਟੋਪਿਕ 'ਤੇ, ਮੈਂ ਸਾਡੇ ਤਾਂ ਬਾਹਲੇ ਪੈਸੇ ਲਾਉਂਦੇ ਆ ਵਿਆਹ 'ਤੇ, ਇਹ ਕਹਿੰਦੀ ਵੀ ਸਾਡੇ ਨਹੀਂ ਲਾਉਂਦੇ ਇੰਨਾ, ਮਹਾਂ ਕਿਉਂ ਕਾਰਨ,
ਕਹਿੰਦੀ ਇਹਦਾ ਜਿਹੜਾ ਸੋਚਣਾ ਹੈ, ਪਰ ਇਹ ਮੇਰਾ ਵੀ ਪਤਾ ਹੀ ਹੈ ਸਾਰਿਆਂ ਨੂੰ, ਕਹਿੰਦੀ ਵਿਆਹ 'ਤੇ ਉਹੀ ਜ਼ਿਆਦਾ ਪੈਸੇ ਖਰਚਦੇ ਆ ਜਿਨ੍ਹਾਂ ਨੇ ਮਤਲਬ ਦਿਖਾਵਾ ਕਰਨਾ ਹੁੰਦਾ ਵੀ ਵਿਆਹ 'ਚ ਸਾਨੂੰ ਇਹ ਦੇਖਣਾ, ਅਸੀਂ ਇੰਨਾ ਵੱਡਾ ਵਿਆਹ ਕੀਤਾ। ਮੈਂ ਇਹਦੀ ਭਾਸ਼ਾ 'ਚ ਮੈਂ ਤੁਹਾਨੂੰ ਅੰਗਰੇਜ਼ੀ ਵਾਲੀਆਂ ਗੱਲਾਂ ਦੱਸਦਾ, ਤਾਂ ਉਹ ਤਾਂ ਹੈ, ਕਿਉਂਕਿ ਦੁਨੀਆ ਸਾਰੀ ਉਮਰ ਦੀ ਕਮਾਈ 3 ਦਿਨਾਂ 'ਚ ਲਾਉਣਾ ਬੇਵਕੂਫੀ ਹੈ, ਕੋਈ ਸਮਝਦਾਰੀ ਦੀ ਗੱਲ ਨਹੀਂ। ਇਹਦੇ ਨਾਲੋਂ ਵਧੀਆ ਤਾਂ ਆਪਦਾ ਜਿਹੜੇ ਮੇਨ ਮੇਨ ਬੰਦਿਆਂ ਨੂੰ ਬੁਲਾਓ, ਵਿਆਹ ਕਰੋ ਸਾਦਾ, ਕੋਈ ਦੁਨੀਆ ਘੁੰਮੇ ਕਪਲ, ਹੈ ਨਾ, ਥੋੜ੍ਹਾ ਮੋਟਾ ਘੁੰਮੇ, ਥੋੜ੍ਹੀ ਨੌਲੇਜ ਵੀ ਆਊਗੀ। ਜਿਵੇਂ ਇਰਫਾਨ ਜਨੇਜੋ ਹੈ ਨਾ, ਬਲੌਗਰ ਹੈ ਪਾਕਿਸਤਾਨ ਦਾ, ਮੈਨੂੰ ਵਧੀਆ ਲੱਗਦਾ, ਉਹਨੇ ਕੀਤਾ ਸੀ ਵੀ ਉਹਨੇ ਜਮ੍ਹਾਂ ਮੇਨ ਮੇਨ ਬੰਦੇ ਬੁਲਾਏ, ਛੋਟਾ ਜਿਹਾ ਵਿਆਹ ਸੀ ਆਪਦੀ ਮਿਸਿਜ ਨੂੰ ਲੈ ਕੇ, ਉਹਨੇ ਪਹਿਲਾਂ ਉਹਦੀ ਲਵ ਮੈਰਿਜ ਹੈ ਤਾਂ ਉਹਨੇ ਕਿਹਾ ਸੀ ਘਰਵਾਲੀ ਨੂੰ ਵੀ ਆਪਾਂ ਆਪਾਂ ਐਂ ਕਰਾਂਗੇ, ਠੀਕ ਹੈ ਤਾਂ ਉਹ ਘੁੰਮੇ ਵੀ ਕਾਫੀ, ਐਂ ਹੋਣਾ ਚਾਹੀਦਾ। ਆਉਂਦੇ ਆਉਂਦੇ ਸ਼ਾਮ ਹੋ ਗਈ ਬਾਈ, ਸ਼ਾਮ ਦਾ ਮਾਹੌਲ ਵੀ ਸਰਾਈ ਹੁੰਦਾ ਉਰੇ। ਇਹ ਸਾਰੇ ਏਰੀਏ ਦਾ ਨਾਮ ਹੈ ਵੀ ਸਾਹਿਲ, ਤਾਂ ਉਰੇ ਸਾਹਿਲ ਮੈਟਰੋ ਸਟੇਸ਼ਨ ਵੀ ਹੈ, ਤਾਂ ਇਹ ਏਰੀਆ ਤੁਸੀਂ ਜ਼ਰੂਰ ਐਕਸਪਲੋਰ ਕਰੀਓ। ਖਾਸ ਕਰਕੇ ਸਾਰੀ ਬਿਲਡਿੰਗ ਵੀ ਬਹੁਤ ਜ਼ਿਆਦਾ ਸੋਹਣੀ ਹੈ, ਦਿਨ 'ਚ ਜਦੋਂ ਸੂਰਜ ਦੀ ਰੋਸ਼ਨੀ ਪੈਂਦੀ ਹੈ ਤਾਂ ਇਹ ਵੀ ਬਹੁਤ ਜ਼ਿਆਦਾ ਰਿਫਲੈਕਟ ਕਰਦੀ ਹੈ, ਤਾਂ ਸਾਹਮਣੇ ਸਾਹਿਲ ਮੈਟਰੋ ਸਟੇਸ਼ਨ ਹੈ। ਕਾਫੀ ਜ਼ਿਆਦਾ ਵੀ ਰੌਣਕ ਵੱਧ ਗਈ ਕਿਉਂਕਿ ਸ਼ਾਮ ਨੂੰ ਇਹ ਜ਼ਿੰਦਗੀ ਸ਼ੁਰੂ ਹੁੰਦੀ ਹੈ ਉਰੇ। ਇਹ ਰੈਸਟੋਰੈਂਟ ਮੈਨੂੰ ਉਹ ਕੱਲ੍ਹ ਹੁਣੀ ਦੱਸਿਆ ਸੀ ਸੁਜਾਨਾ ਨੇ, ਕਿਉਂਕਿ ਉਹ ਖਾ ਕੇ ਆਇਆ ਕਰਦੀ, ਤਾਂ ਉਹ ਪਹਿਲੀ ਮੈਨੂੰ ਰਸ਼ੀਅਨ ਕੁੜੀ ਮਿਲੀ ਸੀ ਜਿਹੜੀ ਨਾ ਤਾਂ ਦਾਰੂ ਪੀਂਦੀ ਸੀ ਅਤੇ ਨਾ ਸਮੋਕਿੰਗ ਕਰਦੀ ਸੀ, ਕਿਉਂਕਿ ਮੈਂ ਇਹ ਕੋਮਨ ਕੁਐਸਚਨ ਹਰ ਕਿਸੇ ਨੂੰ ਕਰ ਲੈਂਦਾ ਵੀ ਹੈ ਨਾ ਵੀ ਤੂੰ ਡਰਿੰਕ ਕਰਦੀ ਹੈ ਇਹ, ਕਿਉਂਕਿ ਫਿਰ ਹੀ ਪਤਾ ਲੱਗਦਾ, ਤਾਂ ਕਾਫੀਆਂ ਦਾ ਮਿੱਥ ਹੈ ਵੀ ਰਸ਼ੀਅਨ ਸਾਰੀਆਂ ਕੁੜੀਆਂ ਹੀ ਪੀਂਦੀਆਂ ਨੇ, 25-26 ਤੱਕ ਉਹ ਸਿਰਫ ਇੰਜੋਏ ਕਰਦੀਆਂ ਨੇ, ਉਹ ਤੋਂ ਬਾਅਦ ਸੀਰੀਅਸ ਵਾਲਾ ਲੱਭਣ ਲੱਗ ਜਾਂਦੀ ਹੈ। ਉਹਦੀ ਉਮਰ 30 ਦੀ ਸੀ ਤਾਂ ਹੁਣ ਉਹ ਸੀਰੀਅਸ ਵਾਲਾ ਲੱਭ ਰਹੀ ਹੈ ਵੀ ਵਿਆਹ ਵੂ ਹੋ ਜੇ ਹੈ ਨਾ ਇੱਦਾਂ ਹੁੰਦਾ, ਫਿਰ ਹੁਣ ਕਿੱਥੇ ਲੱਭਦੇ ਆ ਜਦੋਂ। ਤਾਂ ਇਹ ਵਲੌਗ ਹੈ ਇੱਥੇ ਤੱਕ ਸੀ, ਨਾਈਟ ਲਾਈਫ 'ਚ ਮਿਲਾਂਗੇ ਹੁਣ ਅਗਲੇ ਵਲੌਗ 'ਚ, ਤਾਂ ਬਾਏ, ਗੁੱਡ ਨਾਈਟ, ਤਾਂ ਚੈਨਲ ਲਾਈਕ ਸ਼ੇਅਰ ਕਮੈਂਟ ਕਰ ਦਿਓ।